ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਰਿਆਣਾ ਪੰਜਾਬ ਦਾ ਕਿਸਾਨ ਦਿੱਲੀ ਪਹੁੰਚ ਚੁੱਕਿਆ ਹੈ ਅਤੇ ਉਹ ਪੂਰੇ ਗੁੱਸੇ 'ਚ ਇਸ ਟਾਈਮ ਕਿਸਾਨ ਅਲੀ ਧੱਕਾ ਹੋ ਰਿਹਾ। ਉਂਝ ਕਹਿੰਦੇ ਨੇ ਲੋਕਤੰਤਰ ਹੈ, ਪਰ ਇਹ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ ਜਿਹੜਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ। ਕੀ ਲੋਕਤੰਤਰ 'ਚ ਲੋਕਾਂ ਨੂੰ ਆਪਣੇ ਵਿਚਾਰ ਰੋਸ ਪ੍ਰਗਟ ਕਰਨ ਦਾ ਵੀ ਅਧਿਕਾਰ ਨਹੀਂ ਹੈ? ਯੁਵਾ ਕਿਸਾਨ ਹੋ, ਕੀ ਕਹਿਣਾ ਚਾਹੋਗੇ ਯੁਵਾਓਂ ਨੂੰ ਜੋ ਇਸ ਟਾਈਮ ਤੁਹਾਨੂੰ ਘਰੇ ਬੈਠ ਕੇ ਦੇਖ ਰਹੇ ਨੇ, ਜੋ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣ ਰਹੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨੂੰ ਕਿਸਾਨ ਵੀਰਾਂ ਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜੀ ਆਪਕਾ ਬਹੁਤ ਬਹੁਤ ਧੰਨਵਾਦ ਜੀ, ਆਪ ਹਮਾਰੇ ਕਿਸਾਨਾਂ ਕੀ ਵਾਸਠਾ ਰਹੇ, ਔਰ ਸਭ ਸੇ ਪਹਿਲਾਂ ਪੰਜਾਬ ਕਾ ਬਹੁਤ ਬੜਾ ਧੰਨਵਾਦ, ਔਰ ਉਸਕਾ ਛੋਟਾ ਭਰਾ ਹਰਿਆਣਾ ਦੋਨਾਂ ਕਾ, ਹਰਿਆਣਾ ਪੰਜਾਬ ਦੋਨਾਂ ਕਾ ਧੰਨਵਾਦ। ਜੋ ਆਪਣੇ ਘਰਾਂ ਬੈਠੇ ਹਾਂ ਉਨਤੇ ਤਾਂ ਹਮ ਯੋਈ ਕਰਾਂ ਵੀ ਕੁਛ ਸ਼ਰਮ ਕਰ ਲਿਓ, ਘਰਾਂ ਬੈਠਣੇ ਨੂੰ ਸਭ ਕਾ ਜੀ ਕਰਾ, ਸਭ ਕਾ ਜੀ ਕਰਾ ਵੀ ਹਾਂ ਮੈਂ ਆਪਣੇ ਘਰ ਮਾ ਰਹੂੰ, ਪਰਿਵਾਰ ਮਾ ਰਹੂੰ, ਪਰ ਇਹ ਮਜਬੂਰੀ ਆ ਜੋ ਇਹ ਮਜਬੂਰੀ ਮਾ ਕਿਸਾਨ ਆਪਣੇ ਘਰ ਸੇ ਨਿਕਲਿਆ, ਨਹੀਂ ਲੋਕਡਾਊਨ ਕੇ ਅੰਦਰ ਬੜੀ ਬੜੀ ਫੈਕਟਰੀਆਂ ਵਾਲੇ ਨੇ ਆਪਣੇ ਮਜ਼ਦੂਰ ਬਾਹਰ ਕੱਢ ਦਈਏ, ਮਜ਼ਦੂਰ ਭੁੱਖੇ ਮਰੇ, ਬਾਏ ਰੋਡ ਮਜ਼ਦੂਰ ਬਿਹਾਰ ਤੱਕ ਪੈਦਲ ਗਏ, ਲੇਕਿਨ ਕਿਸੇ ਵੀ ਜ਼ਿਮੀਦਾਰ ਕਾ ਮਜ਼ਦੂਰ ਭੁੱਖਾ ਨਹੀਂ ਮਰਿਆ, ਕਿਉਂਕਿ ਕਿਸਾਨ ਆ ਭੁੱਖਾ ਰਹਿ ਸਕਾ ਆਪਣੇ ਜ਼ਿਮੀਦਾਰ ਨੂੰ ਭੁੱਖਾ ਨਹੀਂ ਰੱਖ ਸਕਦਾ। ਔਰ ਦੂਸਰਾ ਜੋ ਜੀ ਇਹ ਤਿੰਨ ਕਾਲੇ ਕਾਨੂੰਨ ਲਿਆਇਆ, ਜੋ ਤਿੰਨ ਕਾਲੇ ਕਾਨੂੰਨ ਇਸ ਕਰਕੇ ਆਏ ਹੈ, ਇਹ ਤਿੰਨ ਕਾਲੇ ਕਾਨੂੰਨ ਇਸ ਕਰਕੇ ਆਏ ਹੈ ਜੀ, ਜਦ ਲੋਕਡਾਊਨ ਲੱਗਿਆ, ਬਿਲਕੁਲ ਕਰਫਿਊ ਲੱਗਿਆ, ਤੋ ਕਿਸਾਨੀ ਕੀ ਜੋ GDP ਦੀ ਉਹ 3% ਵਧੀ, ਤੋ ਅਡਾਨੀ ਔਰ ਅੰਬਾਨੀ ਕਾ ਇੱਧਰ ਰੁਖ ਹੋਇਆ, ਕਿਉਂਕਿ ਹਮਾਰੇ ਦੇਸ਼ ਕੇ ਅੰਦਰ ਸਰਕਾਰ ਹੈ ਅਡਾਨੀ ਔਰ ਅੰਬਾਨੀ ਕੀ, ਜੋ ਅਡਾਨੀ ਔਰ ਅੰਬਾਨੀ ਹਮਾਰੇ ਦੇਸ਼ ਕੀ ਸਰਕਾਰ ਚਲਾ ਰਹੇ ਹੈ, ਅਡਾਨੀ ਔਰ ਅੰਬਾਨੀ ਹੀ ਹਮਾਰੇ ਦੇਸ਼ ਕੋ ਅਬ ਚਲਾ ਰਹੇ ਹੈ, ਜੋ ਉਹਨਾਂ ਨੇ ਪੋਸਟੇ ਦੇ ਰੱਖੀ ਹੈ, ਜੈਸੇ ਇੱਕ PM ਕੋਈ ਨਰਿੰਦਰ ਨਾਮ ਕਾ ਆਦਮੀ ਹੈ, ਨਰਿੰਦਰ ਕੌਣ ਹੈ, ਨਰਿੰਦਰ ਹੈ ਕੋਈ, ਨਰਿੰਦਰ ਕੋਈ ਨਰਿੰਦਰ ਨਾਮ ਕਾ ਬੰਦਾ, ਉਹ ਗੁਜਰਾਤ ਸੇ ਲਿਆਣ ਕੇ ਉਸਕੋ ਜੋਬ ਦੇ ਦੀ, PM ਹੈ ਕਿਆ ਵੋ, ਆਹ ਕੋਈ PM ਹੈ, ਇਹ ਕੋਈ ਅਮਿਤ ਨਾਮ ਕਾ ਹੈ ਮੋਟਾ ਭਾਈ ਕਰਕੇ, ਅਮਿਤ ਸ਼ਾਹ, ਹਾਂ ਅਮਿਤ ਸ਼ਾਹ ਹੈ ਕਿਆ, ਅਮਿਤ ਸ਼ਾਹ ਕੋਈ, ਅਮਿਤ ਸ਼ਾਹ ਕਰਕੇ ਕੋਈ ਗੁਜਰਾਤ ਤੇ ਬੰਦਾ ਲੈਣਾ, ਉਸਨੂੰ ਗ੍ਰਹਿ ਮੰਤਰਾਲੇ ਦੇ ਦਿਆ, ਤੋ ਇਹ ਸਰਕਾਰ ਤੋਂ ਹੀ ਅਡਾਨੀ ਔਰ ਅੰਬਾਨੀ ਕੀਆ, ਮਾਰੀ ਲੜਾਈ ਅਡਾਨੀ ਔਰ ਅੰਬਾਨੀ ਕੀਆ, ਮੋਦੀ ਬਦ ਅਹਿਮਾਨ ਨੇ ਕਿਆ ਲੈਣਾ, ਉਹ ਛੜਾ ਆਦਮੀ ਉਸ ਆਪਣੀ ਬਈਅਰ ਨਹੀਂ ਸੰਭੀ, ਉਹ ਕਿਆ ਕਰਾਗਾ, ਉਸ ਆਪਣੀ ਜਨਾਨੀ ਨਹੀਂ ਸੰਭੀ, ਤੋ ਮਾਰੀ ਲੜਾਈ ਸਿੱਧੀ ਅਡਾਨੀ ਔਰ ਅੰਬਾਨੀ ਕੀਆ, ਅਡਾਨੀ ਕੇ ਪਾਸ ਰਿਲਾਇੰਸ ਕੇ ਪੰਪ ਹੈ, ਰਿਲਾਇੰਸ ਕੇ ਬੜੇ ਬੜੇ ਸ਼ੋਪਿੰਗ ਮਾਲ ਹੈ, ਉਸਕੇ ਅਡਾਨੀ ਕੇ ਪਾਸ ਪੈਟਰੋਲ ਪੰਪ ਉਹਨੇ ਲੈ ਲੀਏ, ਏਅਰਪੋਰਟ ਅਡਾਨੀ ਨੇ ਲੈ ਲਈ, ਬੜੇ ਬੜੇ ਸ਼ੋਪਿੰਗ ਮਾਲ ਅਡਾਨੀ ਕੇ ਹੈ, ਮਾਰੀ ਲੜਾਈ ਤੋਂ ਅਡਾਨੀ ਔਰ ਅੰਬਾਨੀ ਕੇ ਸਾਥ ਹੈ, ਇਹ ਤੋਂ ਅੱਗੇ ਨੌਕਰ ਹੈ, ਨੌਕਰੀ ਕਰ ਰਹੇ ਹੈ ਮੋਦੀ ਔਰ ਇਹ ਅਮਿਤ ਸ਼ਾਹ ਕਰਕੇ ਕੋਈ ਹੈ, ਦੋ ਆਦਮੀ ਨਰਿੰਦਰ ਔਰ ਅਮਿਤ ਕਰਕੇ, ਤੋ ਇਹ ਤੋਂ ਜੈਸੇ ਵੀ ਮਨਮੋਹਨ ਸਿੰਘ ਇੱਕ ਡੰਮੀ ਪ੍ਰਧਾਨ ਮੰਤਰੀ ਥਾ, ਕਮਾਨ ਸੋਨੀਆ ਕੇ ਹੱਥ ਮੇ ਦੀ, ਅਬ ਕਮਾਨ ਤੋਂ ਅਡਾਨੀ ਔਰ ਅੰਬਾਨੀ ਕੇ ਹੱਥ ਮੇ ਹੈ, ਇਹ ਨਰਿੰਦਰ ਔਰ ਇਹ ਤੋਂ ਬੇਚਾਰਾ ਅਮਿਤ ਸ਼ਾਹ ਤੋਂ ਵੈਸੇ ਡੰਮੀ ਹੈ, ਮਾਰੀ ਇਹ ਮੰਗ ਹੈ ਅਡਾਨੀ ਔਰ ਅੰਬਾਨੀ ਸੇ, ਔਰ ਦੇਸ਼ ਕੇ ਜੋ ਵੀ ਹੈ ਜੀ, ਜੋ ਵੀ ਸਿਸਟਮ ਹੈ, ਜੋ ਇਹ ਕਿ ਕ੍ਰਿਸ਼ੀ ਮੰਤਰੀ ਹੈ ਕੋਈ ਤੋਮਰ ਕਰਕੇ ਹੈ ਨਾ, ਐਸਾ ਉਹ ਵੀ ਹੋਣਾ ਕੋਈ ਚਾਚੂ ਵੇਚਣੇ ਵਾਲਾ ਵਿਚਾਰਾ, ਤੋਮਰ ਕਰਕੇ ਐਸੇ ਹੀ ਹੈ, ਚੜੇ ਚੁੜੇ ਦੇ ਕੱਛਾਧਾਰੀ ਕੱਛੇਧਾਰੀ, ਤੋ ਮਾਰੀ ਤੋਂ ਇਨਸੇ ਸਿਰਫ ਇਹ ਮੰਗ ਹੈ, ਮਾਰੀ ਫਸਲੋਂ ਕੋ MSP ਪੇ ਲਿਆ ਜਾਏ, ਔਰ ਹਾਂਜੀ, ਔਰ ਪੰਜਾਬ ਕੇ ਸਾਥ ਨਾ ਟਕਰਾਏ, ਸਵਾਮੀਨਾਥਨ ਰਿਪੋਰਟ ਲਾਗੂ ਕਰਦੇ, ਪੰਜਾਬ ਕੇ ਸਾਥ ਸਰਦਾਰੋਂ ਕੇ ਸਾਥ ਨਾ ਟਕਰਾਓ, ਅਹਿਮਦ ਸ਼ਾਹ ਅਬਦਾਲੀ ਟਕਰਾਇਆ, ਗਜਨੀ ਟਕਰਾਇਆ, ਉਨਸੇ ਹਾਲ ਦੇਖ ਲਿਓ, ਅੱਜ ਉਨਕਾ ਕਹੀਂ ਨਾਮ ਨਹੀਂ, ਕਾਬੁਲ ਤੱਕ ਹਰੀ ਸਿੰਘ ਨਲਵੇ ਨੇ ਆਪਣੇ ਰਾਜਾ ਕੇ ਝੰਡੇ ਗੱਡੇ, ਹਰੀ ਸਿੰਘ ਨਲਵੇ ਗਾ ਮਹਾਰਾਜਾ ਰਣਜੀਤ ਸਿੰਘ ਸੇ, ਇਨ ਪੰਜਾਬ ਕੌਮੀਆਂ ਨੂੰ ਸਰਦਾਰਾਂ ਨੂੰ ਨਾ ਛੇੜੋ, ਆਪ ਜੋ ਜੈਸਾ ਹਰਿਆਣੇ ਔਰ ਪੰਜਾਬ ਮੇਂ ਜੋ ਮੰਡੀਕਰਨ ਜੈਸੇ ਚੱਲ ਰਿਹਾ ਥਾ, ਉਹਨੂੰ ਵੈਸੇ ਹੀ ਚੱਲਣੇ ਦਿਆ ਜਾਏ, ਔਰ ਅੰਡਾਨੀ ਔਰ ਅੰਬਾਨੀ ਕੋ ਸਪੈਸ਼ਲ ਮਾਰੀ ਜੋ ਸੁਜੈਸ਼ਨ ਦੇ ਰਹੇ ਪੰਜਾਬ ਕੀ ਤਰਫ ਔਰ ਹਰਿਆਣੇ ਕੀ ਤਰਫ, ਹਰਿਆਣਾ ਪੰਜਾਬ ਕਾ ਛੋਟਾ ਭਾਈ ਹੈ, ਪੰਜਾਬ ਕੀ ਤਰਫ ਆਂਖ ਨਾ ਠਾਵਾ, ਬਹੁਤ ਮਹਿੰਗੀ ਪੜ ਜਾਏਗੀ, ਤੋ ਆਪਣੇ ਘਰਾਂ ਤੋਂ ਬੈਠ ਬਈ ਗੁਜਰਾਤ ਮਾਂ, ਆਹ ਪੰਜਾਬੀ ਆਪਣੇ ਘਰਾਂ ਮਾਂ ਬੈਠੇ, ਕਿਉਂ ਪੰਗੇ ਲੈ ਰਿਹਾ ਤੋ ਸਰਦਾਰਾਂ ਗਿਲੋ, ਸਰਦਾਰਾਂ ਮਤਲਬ ਕੋਈ ਲਾਈਟਲੀ ਨਾ ਲਿਓ,
ਹਰਿਆਣਾ ਆਪ ਯਹਾਂ ਸੇ 50 ਕਿਲੋਮੀਟਰ ਤੱਕ ਦੇਖ ਲਿਓ ਜੀ, ਪਾਣੀਪਤ ਸੇ ਕਰਨਾਲ ਤੱਕ ਜਾਮ ਹੈ। ਹਜ਼ਾਰੋਂ ਕੇ ਹਿਸਾਬ ਸੇ ਟਰਾਲੀਆਂ ਆਈ ਵੀ ਹੈ, ਪੰਜਾਬੀ ਆਪਣੇ ਘਰ ਬਾਰ ਛੋੜ ਕੇ, ਤੋ ਮਨ ਨੇ ਤੋ ਜੀ ਸਿਰਫ ਆਪਣੀ ਫਸਲਾਂ ਵੇਚਣੀ, ਜੋ ਹਰਿਆਣੇ ਪੰਜਾਬ ਮੈਂ ਮੰਡੀਕਰਨ ਜੈਸੇ ਦਾ ਮਨ ਨੂੰ ਤੀਨ ਕਾਨੂੰਨਾਂ ਕੀ ਕਹਿੰਦੇ ਵੀ ਕਿਸਾਨਾਂ ਕੇ ਹੱਕੇ ਆ, ਮਨੂੰ ਇਨਕੀ ਜ਼ਰੂਰਤ ਹੀ ਨਹੀਂ, ਮਨੂੰ ਇਨਕੀ ਜ਼ਰੂਰਤ ਹੀ ਨਹੀਂ, ਮਨੂੰ ਅੰਡਾ ਨਹੀਂ ਮਾਰਨੇ ਕੀ ਜ਼ਰੂਰਤ ਨਹੀਂ ਹੈ ਜੀ, ਮਨੂੰ ਅੰਡਾ ਨਹੀਂ ਮਾਰਨੇ ਕੀ ਜ਼ਰੂਰਤ ਨਹੀਂ ਹੈ। ਮਾਰੀ ਤੋ ਜੈਸੇ ਮੰਡੀਕਰਨ ਚੱਲ ਰਿਹਾ ਦਾ ਜੈਸੇ ਮਾਰਾ ਆੜਤੀ ਬਿਨਾ ਨਹੀਂ ਸਰਦਾ ਜੀ, ਸਿੱਧੀ ਬਾਤ, ਮਨ ਤੋਂ ਜੈਸੇ ਮਹਾਰਾਜ ਜੋ ਚੱਲ ਰਿਹਾ ਦਾ ਵੈਸੇ ਮਹਾਰਾਜ ਚੱਲਨੇ ਦਿਆ ਜਾਏ ਜੀ। ਬਹੁਤ ਬਹੁਤ ਧੰਨਵਾਦ ਜੀ ਆਪਣੇ ਕਿਸਾਨਾਂ ਦੀ ਵਾਸਤਾ ਜੀ, ਜੈ ਜਵਾਨ ਜੈ ਕਿਸਾਨ, ਜੈ ਪੰਜਾਬ ਜੈ ਹਰਿਆਣਾ। ਜਿਵੇਂ ਜੀ ਕਿਸਾਨ ਵੀਰਾਂ ਨੂੰ ਰੋਕਿਆ ਗਿਆ, ਬਹੁਤ ਜਗ੍ਹਾ 'ਤੇ ਕਿਸਾਨਾਂ 'ਤੇ ਪਾਣੀ ਸੱਟਿਆ ਗਿਆ, ਅੱਗੇ ਪੱਥਰ ਅੜਾ ਦਿੱਤੇ ਗਏ, ਮਿੱਟੀ ਦੀਆਂ ਟਰਾਲੀਆਂ ਸੱਟੀਆਂ ਗਈਆਂ, ਸੜਕਾਂ ਖੋਦ ਦਿੱਤੀਆਂ ਗਈਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਸਰਕਾਰ ਕੀ ਚਾਹੁੰਦੀ ਹੈ ਕਿਸਾਨਾਂ? ਇਹ ਵੀਰ ਜੀ ਗੱਲ ਇੱਦਾਂ ਹੈ ਵੀ ਜਿਵੇਂ ਇਹ ਅਸੀਂ ਵਸਨੀਕ ਹਾਂ ਇੱਥੋਂ ਦੇ, ਅਤੇ ਜਿਵੇਂ ਸੈਂਟਰ ਸਰਕਾਰ ਸਾਡੇ ਨਾਲ ਕਰ ਰਹੀ ਹੈ, ਉਹ ਤਾਂ ਐਂ ਲੱਗਦਾ ਵੀ ਇੱਥੋਂ ਦੇ ਅਸੀਂ ਰਹਿਣ ਵਾਲੇ ਨਹੀਂ, ਅਸੀਂ ਇਹਨਾਂ ਦੇ ਲੋਕ ਹੀ ਨਹੀਂ। ਪਰ ਜੋ ਮੋਦੀ ਸਰਕਾਰ ਦੇ ਇੱਕ ਇੰਨੇ ਗਲਤ ਫੈਸਲੇ ਨਾਲ ਲਏ ਆ, ਅਬਾਨੀ ਅਡਾਨੀਆਂ ਦੇ ਮਤਲਬ ਸਾਰੇ ਇਸ਼ਾਰੇ 'ਤੇ ਨੱਚ ਰਹੀ ਸਰਕਾਰ, ਇਹ ਬੜੀ ਸ਼ਰਮਨਾਕ ਗੱਲ ਆ। ਇੱਕ ਵਧੀਆ ਵੱਸਦੇ ਰਸਦੇ ਪੰਜਾਬ ਹਰਿਆਣਾ ਇਹੋ ਜਿਹੀਆਂ ਸਟੇਟਾਂ ਨੂੰ ਬਰਬਾਦੀ 'ਤੇ ਆ ਜਾਏ, ਔਰ ਮੋਦੀ ਇਹ ਭੁਲੇਖੇ ਦੇ ਵਿੱਚ ਆ ਵੀ ਮੇਰੇ ਪਾਵਰ ਆ, ਪਰ ਜਿਹੋ ਜਿਹੀ ਜਨਤਾ ਜਿਵੇਂ ਉੱਠ ਖੜੀ ਆ, ਇਹਦੀਆਂ ਚਕਾਠਾਂ ਪੱਟ ਦੇਣਗੇ ਲੋਕ। ਇਹਨੂੰ ਮੈਂ ਚੈਲੇਂਜ ਕਰਦਾ, ਸਾਰੀ ਜਨਤਾ ਚੈਲੇਂਜ ਕਰਦੀ ਹਾਂ ਵੀ ਇਹ ਸੁੱਤਾ ਜਾਗ ਪਵੇ, ਜਾਗ ਪਵੇ, ਜੇ ਨਾ ਜਾਗਿਆ ਤਾਂ ਬਹੁਤ ਨੁਕਸਾਨ ਹੋਊਗਾ। ਥੈਂਕ ਯੂ। ਆ ਕੁਛ ਵੀਰ ਸਾਡੇ ਪਿੱਛੇ ਖੜੇ ਨੇ ਜੋ ਪੂਰੀ ਤਿਆਰੀ ਦੇ ਨਾਲ ਆਏ ਨੇ, ਬੜੇ ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਦਾ, ਤੁਸੀਂ ਵੀਰ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ ਜੀ ਤੁਸੀਂ? ਅਸੀਂ ਜੀ ਅੰਮ੍ਰਿਤਸਰ ਤੋਂ, ਜਿਹੜਾ ਨਾਲ ਲੱਗਦਾ ਪਾਕਿਸਤਾਨ ਦੀ ਹੱਦ ਆ, ਅਜਨਾਲੇ ਖੇਤਰ 'ਚੋਂ ਆਏ ਹਾਂ, ਜਿਹੜਾ ਬਿਲਕੁਲ ਅੱਗੇ ਹੀ ਪਾਕਿਸਤਾਨ ਦੇ ਨੇੜੇ ਆ। ਉਹ ਬੜੀਆਂ ਮਾਰਾਂ ਜਿਹੜੀਆਂ ਉਹ ਅੱਗੇ ਹੀ ਉਹਨੂੰ ਮਾਝੇ ਦਾ ਜਿਹੜਾ ਉਹ ਇਲਾਕਾ ਚੱਲਦਾ, ਅਸੀਂ ਫਿਰ ਵੀ ਉਹਨਾਂ 'ਚੋਂ ਨਿਕਲ ਕੇ ਅੱਜ ਕਿਸਾਨੀ ਦੇ ਮਸਲੇ ਵਾਸਤੇ ਇੱਥੇ ਪਹੁੰਚੇ ਹਾਂ। ਇਹ ਬੜਾ ਵੱਡਾ ਮੁੱਦਾ ਜਿਹੜਾ ਜਵਾਨੀ ਦਾ ਅੱਜ ਖਾਸ ਕਰਕੇ ਬਣ ਗਿਆ। ਕਿਸਾਨੀ ਦਾ ਤਾਂ ਪਹਿਲਾਂ ਕਿਸਾਨੀ ਤਾਂ ਕਰਦੇ ਸੀ ਸਾਡੇ ਕਿਸਾਨ, ਪਰ ਹੁਣ ਇਹ ਜਵਾਨੀ ਦੀ ਜਿਹੜੀ ਆ ਉਹ ਅਣਖ ਦਾ ਸਵਾਲ ਵੀ ਬਣ ਗਿਆ, ਜਿਹੜੀ ਅੱਜ ਸਾਡੇ ਪੰਜਾਬ ਦੀ ਅਤੇ ਹਰਿਆਣੇ ਦੀ ਜਵਾਨੀ ਤੁਸੀਂ ਝਲਕ ਮਾਰ ਰਹੇ ਜੋ ਇੱਥੇ ਅੱਜ ਸਟੇਜ। ਜਿਵੇਂ ਕਿ ਆਪਣੇ ਕਿਸਾਨ ਵੀਰਾਂ ਨੂੰ ਪਿੱਛੇ ਇੰਨਾ ਵੱਡਾ ਇਹਨਾਂ ਨੇ ਜਾਮ ਲਾਇਆ, ਬੈਰੀਕੇਟ ਲਾਏ ਨੇ ਰੋਕਣ ਵਾਸਤੇ, ਕੀ ਇਹ ਕੀ ਚਾਹੁੰਦੀ ਹੈ ਸਰਕਾਰ ਕਿਸਾਨਾਂ ਤੋਂ ਕਿ ਕਿਸਾਨ ਹਾਰ ਕੇ ਵਾਪਸ ਮੁੜ ਜਾਣ? ਕਿਸਾਨ ਕੀ ਕਹਿਣਾ ਚਾਹੇਗਾ ਇਸ ਬਾਰਡਰਾਂ ਨੂੰ ਵੇਂਦੇ? ਇਸ ਵੇਲੇ ਮੋਦੀ ਸਰਕਾਰ ਜਿਹੜੀ ਕਿਸਾਨਾਂ ਤੋਂ ਬਖਲਾ ਗਈ ਹੈ, ਬਹੁਤ ਵੱਡੀ ਪੱਧਰ 'ਤੇ ਘਣਾਉਣੀਆਂ ਕਰਤੂਤਾਂ ਜਿਹੜੀਆਂ ਰਾਜ 'ਚ ਉਹਨੇ ਹਰਿਆਣਾ ਦੀ ਸਰਕਾਰ ਨੇ ਵੀ ਕੀਤੀਆਂ, ਅਤੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ 'ਚ ਨਾ ਆਣ ਦੇਣਾ, ਇਹ ਕੋਈ ਸਾਡੀ, ਤੁਸੀਂ ਵੀ ਨਹੀਂ ਇੱਥੇ ਪੰਜਾਬ 'ਚ ਰਹਿਣ ਵਾਲੇ, ਹਰਿਆਣੇ 'ਚ ਰਹਿਣ ਵਾਲੇ ਲੋਕ ਜੇ, ਪੰਜਾਬ ਦੇ ਲੋਕ ਅਤੇ ਇਹ ਕਿਸਾਨ ਆ ਜਿਹੜੇ ਆਪਣੀ ਅੰਨ ਸੁਰੱਖਿਆ ਵਾਸਤੇ ਆਏ ਆ, ਇੱਥੇ ਦਿੱਲੀ ਸਾਡੀ ਆ, ਇਹ ਭਾਰਤ ਦਾ ਹਿੱਸਾ ਆ, ਸਾਡੀ ਰਾਜਧਾਨੀ ਆ, ਇਹ ਕਿਸਾਨਾਂ ਨੂੰ ਕਿਉਂ ਨਾ ਐਂਟਰੀ ਮਿਲੇ ਇੱਥੇ, ਇੰਨੀ ਔਖੇ ਹੋ ਕੇ ਆਏ ਆ ਇੱਥੇ? ਸਾਨੂੰ ਇਸ ਗੱਲ ਸਮਝ ਤੋਂ ਬਾਹਰ ਆ ਕਿ ਅਸਲ ਦੇ ਵਿੱਚ ਮੋਦੀ ਡਰ ਗਿਆ ਕਿਸਾਨਾਂ ਕੋਲੋਂ ਵੀ ਕਿਸਾਨ ਅੱਜ ਚੜ੍ਹ ਕੇ ਆ ਗਿਆ, ਅਤੇ ਫਿਰ ਇਹਦੀ ਡਰ ਦੀ ਨਿਸ਼ਾਨੀ ਹੁੰਦੀ ਜਦੋਂ ਬੰਦਾ ਆਪਣੀ ਸੁਰੱਖਿਆ ਵਧਾਉਂਦਾ ਸਮਝ, ਉਹ ਡਰ ਗਿਆ ਬੰਦਾ। ਜਿਵੇਂ ਕਿ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ, ਇਸ ਵਕਤ ਲੰਗਰ ਚਾਲੂ ਹੈ ਕਿਸਾਨਾਂ ਲਈ 24 ਘੰਟੇ, ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਾ ਆਏ, ਪੂਰੇ ਇੰਤਜ਼ਾਮ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ। ਆਪ ਹੀ ਤੁਸੀਂ ਦੇਖ ਸਕਦੇ ਹੋ, ਮੇਰੇ ਬਿਲਕੁਲ ਸਾਹਮਣੇ ਇੱਥੋਂ ਦਿਖ ਰਿਹਾ ਜਿੱਥੇ ਕਿ ਕਿਸਾਨਾਂ ਨੂੰ ਰੋਕਿਆ ਗਿਆ ਹੈ ਕਿ ਦਿੱਲੀ ਨਾ ਕਿਸਾਨ ਜਾ ਸਕਣ। ਹੁਣ ਕਿਸਾਨਾਂ ਨੇ ਇਸ ਵਕਤ ਇੱਥੇ ਹੀ ਡੇਰਾ ਲਾ ਲਿਆ, ਜਦੋਂ ਤੱਕ ਇਹ ਬਾਰਡਰ ਨਹੀਂ ਖੁੱਲ੍ਹੇਗਾ ਕਿਸਾਨ ਐਵੇਂ ਇੱਥੇ ਪ੍ਰੋਟੈਸਟ ਕਰਦੇ ਰਹਿਣਗੇ। ਕਿਸਾਨਾਂ ਦਾ ਕੋਈ ਇਰਾਦਾ ਨਹੀਂ ਹੈ ਪਿੱਛੇ ਹਟਣ ਦਾ, ਕਿਸਾਨ ਪੂਰੀ ਤਿਆਰੀ ਦੇ ਨਾਲ ਆਏ ਨੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ, ਮੈਂ ਭੁਪਿੰਦਰ ਕੰਬੋਜ ਤੁਹਾਡੇ ਲਈ ਹੋਰ
ਕਿਸਾਨ ਅੰਦੋਲਨ ਤੋਂ ਜੁੜੀਆਂ ਖਬਰਾਂ ਲੈ ਕੇ ਆਉਂਦਾ ਰਹਾਂਗਾ। ਧੰਨਵਾਦ।